ਭੱਜਣ ਦੀ ਕੋਸ਼ਿਸ਼ ਤਾਂ ਬੜੀ ਕੀਤੀ ਪਰ ਕਾਕਾ ਫੜਿਆ ਗਿਆ। ਇਹ ਤਸਵੀਰਾਂ ਜਿਹੜੀਆਂ ਤੁਸੀਂ ਦੇਖ ਰਹੇ ਹੋ ਸੁਲਤਾਨਪੁਰ ਲੋਧੀ ਦੇ ਸਿਵਲ ਹਸਪਤਾਲ ਦੀਆਂ ਨੇ। ਇਹ ਸੀਸੀਟੀਵੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਗੱਡੀ ਦੇ ਵਿੱਚ ਬੈਠਦਾ ਬੈਠਦਾ ਮੁਲਜ਼ਮ ਭੱਜਦਾ ਹੋਇਆ ਨਜ਼ਰ ਆਉਂਦਾ ਹੈ, ਪਰ ਉਸ ਦੇ ਪਿੱਛੇ ਹੋਣਹਾਰ ਪੁਲਿਸ ਮੁਲਾਜ਼ਮਾਂ ਨੇ ਵੀ ਦੜਾਕ ਅਜਿਹੀ ਲਾਈ ਕਿ ਉਸਦੇ ਮਨਸੂਬਿਆਂ ਨੂੰ ਫੇਲ ਹੀ ਕਰਕੇ ਰੱਖ ਦਿੱਤਾ। ਤੁਸੀਂ ਦੇਖ ਸਕਦੇ ਹੋ ਕਿ NDPS ਧਾਰਾ ਦੇ ਤਹਿਤ ਫੜਿਆ ਗਿਆ ਹੈ ਮੁਲਜ਼ਮ, ਜਿਸ ਨੂੰ ਸਿਵਲ ਹਸਪਤਾਲ ਮੈਡੀਕਲ ਕਰਵਾਉਣ ਦੇ ਲਈ ਲਿਆਂਦਾ ਗਿਆ ਸੀ। ਜਿਸ ਨੇ ਤਰਕੀਬ ਤਾਂ ਵਧੀਆ ਲਾਈ ਸੀ ਕਿ ਜਿੰਮੀ ਬਿਠਾਉਣ ਲੱਗਣਗੇ ਮੈਂ ਹੱਥ ਛਡਾ ਕੇ ਭੱਜ ਆਊਂਗਾ, ਪਰ ਕਹਿੰਦੇ ਆ ਨਾ ਕਿ ਕਾਨੂੰਨ ਦੇ ਹੱਥ ਲੰਬੇ ਬਹੁਤ ਹੁੰਦੇ ਆ, ਤਾਂ ਉਹਨੇ ਲੰਬੇ ਹੱਥਾਂ ਦੀ ਕਰਾਮਾਤ ਦੇਖਣ ਨੂੰ ਮਿਲੀ। ਤਾਂ ਜਿਸ ਤਰ੍ਹਾਂ ਹੀ ਇਸਨੇ ਭੱਜਣ ਦੀ ਫਰਾਕ ਬਣਾਈ, ਇੱਕ ਸਕੀਮ ਲਾਈ, ਤਾਂ ਪਿੱਛੇ ਹੀ ਪੁਲਿਸ ਮੁਲਾਜ਼ਮਾਂ ਨੇ ਭੱਜ ਕੇ ਇਸ ਨੂੰ ਫੜ ਲਿਆ ਅਤੇ ਦਬੋਚ ਵੀ ਲਿਆ। ਤਸਵੀਰਾਂ ਤੁਸੀਂ ਦੇਖ ਸਕਦੇ ਹੋ, CCTV ਤਸਵੀਰਾਂ ਜਿਹੜੀਆਂ, ਕਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਕਿ ਉਹ ਨੌਜਵਾਨ ਜਿਸ ਤਰ੍ਹਾਂ ਹੀ ਬਾਰੀ ਖੋਲ੍ਹਣ ਦੀ ਕੋਸ਼ਿਸ਼ ਕੀਤੀ ਜਾਂਦੀ ਆ, ਤਾਂ ਆਪਣਾ ਹੱਥ ਇੱਕਦਮ ਛਡਾ ਕੇ ਭੱਜਣ ਦੀ ਪੂਰੀ ਕੋਸ਼ਿਸ਼ ਕਰਦਾ ਹੈ। ਆਪਣੀ ਵੱਲੋਂ ਤਾਕਤ ਤਾਂ ਪੂਰੀ ਲਾ ਦਿੰਦਾ, ਪਰ ਪੁਲਿਸ ਮੁਲਾਜ਼ਮਾਂ ਨੇ ਉਸਦੇ ਮਨਸੂਬਿਆਂ ਨੂੰ ਫੇਲ ਕਰਕੇ ਰੱਖ ਦਿੱਤਾ ਹੈ। ਤਸਵੀਰਾਂ ਤੁਸੀਂ ਦੇਖ ਰਹੇ ਹੋ ਸੁਲਤਾਨਪੁਰ ਲੋਧੀ ਸਿਵਲ ਹਸਪਤਾਲ ਦੀਆਂ ਨੇ। ਅਕਸਰ ਅਜਿਹੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਨੇ ਪਰ ਉਹ ਨਾਕਾਮ ਵੀ ਹੋ ਜਾਂਦੀਆਂ ਨੇ, ਕਿਉਂਕਿ ਕਾਨੂੰਨ ਜਿੱਥੇ ਕਈ ਵਾਰ ਵੱਡੇ ਸਵਾਲਾਂ ਦੇ ਘੇਰੇ 'ਚ ਵੀ ਆ ਜਾਂਦਾ, ਪਰ ਉੱਥੇ ਹੀ ਆਪਣੀ ਚੜ੍ਹਤ ਅਤੇ ਬੜ੍ਹਤ ਨੂੰ ਕਾਇਮ ਰੱਖਣ ਦੇ ਲਈ ਅਜਿਹੇ ਕੈਦੀਆਂ ਦੇ ਮਨਸੂਬਿਆਂ ਨੂੰ ਢਾਹ ਵੀ ਲਾ ਦਿੰਦਾ ਹੈ। ਤਾਂ ਤਸਵੀਰਾਂ ਤੁਸੀਂ ਇੱਕ ਵਾਰ ਫਿਰ ਦੇਖ ਰਹੇ ਹੋ ਕਿ ਤਸਵੀਰਾਂ ਦੇ ਵਿੱਚ ਕਿਸ ਤਰ੍ਹਾਂ ਉਹ ਭੱਜਣ ਦੀ ਕੋਸ਼ਿਸ਼ ਕਰਦਾ ਹੈ, ਹੱਥ ਛਡਵਾਉਂਦਾ ਹੈ, ਪਰ ਪੁਲਿਸ ਵਾਲਿਆਂ ਨੇ ਉਸ ਨੂੰ ਭੱਜਣ ਦਾ ਨਾਕਾਮ ਕਰ ਦਿੱਤਾ ਹੈ। ਨਾਲੋਂ ਪੜ੍ਹ ਲਿਆ ਜੀ।